ਅਸੀਂ ਖੜ੍ਹੇ ਹਾਂ ਸੰਗਰੂਰ ਦੇ ਮੈਥੋੜ ਫਿਨ ਪਾਰਕ ਬੈਂਕ ਦੇ ਸਾਹਮਣੇ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਇੱਥੇ ਦੇ ਆਮ ਲੋਕ ਹਨ, ਇੱਥੇ ਮਜਬੂਰੀ ਦੇ ਕਾਰਨ ਇੱਥੇ ਆਪਣਾ ਗੋਲਡ ਰੱਖ ਦਿੰਦੇ ਹਨ ਤਾਂ, ਪਰ ਜਦੋਂ ਛਡਾਉਣ ਆਉਂਦੇ ਹਨ ਤਾਂ ਬੈਂਕ ਦੇ ਵੱਲੋਂ ਜਿਹੜਾ ਇਹਨਾਂ ਦਾ ਗੋਲਡ ਆ ਉਹ ਨਹੀਂ ਦਿੱਤਾ ਜਾਂਦਾ। ਉਸ ਤੋਂ ਬਾਅਦ ਜਦੋਂ ਬੈਂਕ ਦੇ ਅਫਸਰਾਂ ਵੱਲ ਸ਼ਿਕਾਇਤ ਕੀਤੀ ਜਾਂਦੀ ਹੈ, ਪੁਲਿਸ ਪ੍ਰਸ਼ਾਸਨ ਕੋਲ ਵੀ ਜਾਇਆ ਜਾਂਦਾ, ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ, ਤਾਂ ਮਜਬੂਰ ਹੋ ਕੇ ਅੱਜ ਜਿਹੜੇ ਆਮ ਲੋਕ ਹਨ ਇਹਨਾਂ ਨੇ ਜਿਹੜੀ ਇਹ ਬੈਂਕ ਦਾ ਸ਼ਟਰ ਥੱਲੇ ਸਿੱਟ ਦਿੱਤਾ ਹੈ। ਤੁਹਾਨੂੰ ਦੱਸਣਾ ਚਾਹਾਂਗੇ ਕਿ ਬੈਂਕ ਦੇ ਅੰਦਰ ਜਿਹੜੇ ਮੁਲਾਜ਼ਮ ਨੇ ਉਹ ਇਸੇ ਤਰ੍ਹਾਂ ਹੀ ਕੰਮ ਕਰ ਰਹੇ ਹਨ, ਪਰ ਜਿਹੜੇ ਬਾਹਰਲਾ ਐਂਟਰੀ ਗੇਟ ਆ ਉਸ ਨੂੰ ਜਮ੍ਹਾਂ ਬੰਦ ਕਰ ਦਿੱਤਾ ਹੈ। ਸਾਡੇ ਨਾਲ ਵੀਰ ਵੀ ਮੌਜੂਦ ਆ, ਉਹਨਾਂ ਨਾਲ ਵੀ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਵੀਰੇ? ਅਵਤਾਰ ਸਿੰਘ ਜੀ। ਅਵਤਾਰ ਜੀ, ਕਿਹੜੀ ਬੈਂਕ ਤੋਂ ਲੋਨ ਲਿਆ ਜੀ ਆਪਾਂ ਨੇ? ਮਥੂਰ ਫਾਈਨਾਂਸ ਫਿਨਵਰਕ ਤੋਂ। ਭਾਜੀ, ਕੀ ਚੱਕਰ ਹੋਇਆ ਕਿ ਕਦੋਂ ਤੁਸੀਂ ਪੈਸੇ ਲਏ ਤਾਂ ਜਦੋਂ ਕਦੋਂ ਭਰਨ ਆਏ ਸੀਗੇ? ਅਸੀਂ 18 ਮਾਰਚ ਨੂੰ ਪੈਸੇ ਭਰਨ ਆਏ ਸੀਗੇ, 1,00,000 ਰੁਪਇਆ ਇਹਨਾਂ ਨੇ 60,000 ਰੁਪਇਆ ਰੱਖ ਲਿਆ, 40,000 ਰੁਪਇਆ ਵਾਪਸ ਲੈ ਲਿਆ। ਵਾਪਸ ਕਰਤਾ ਸਾਨੂੰ ਵੀ, ਕਹਿੰਦੇ ਹਲੇ ਜਮ੍ਹਾਂ ਨਹੀਂ ਹੋ ਰਹੇ, 60,000 ਜਮ੍ਹਾਂ ਕਰਾ ਜਾਓ, ਅਤੇ ਸਾਨੂੰ 60,000 ਦੀ ਰਸੀਦ ਕੱਟ ਕੇ ਦਿੱਤੀ, ਕਹਿੰਦੇ ਆਹ ਲੈ ਜਾਓ। ਅਤੇ ਹੁਣ ਜਦੋਂ ਅਸੀਂ 2-3 ਮਹੀਨੇ 'ਚ ਉੱਪਰੇ ਵੀ ਚੱਲ ਕੋਈ ਗੱਲ ਨਹੀਂ, ਪ੍ਰੋਸੈਸਿੰਗ 'ਚ ਚੱਲ ਰਿਹਾ ਹੁਣ ਵਰਕ, ਜਦੋਂ ਅਸੀਂ ਆਏ ਦੁਬਾਰਾ ਤਾਂ ਸਾਨੂੰ ਲਾਰੇ ਲਾਈ ਜਾਂਦੇ ਨੇ, ਅਸੀਂ ਕਿਹਾ ਤੁਸੀਂ 40,000 ਰੁਪਇਆ ਲਓ ਅਤੇ ਸਾਡਾ ਗੋਲਡ ਵਾਪਸ ਕਰੋ ਜਿਹੜਾ ਰਹਿੰਦਾ, ਅਤੇ ਹੁਣ ਲਾਰੇ ਲਾਈ ਜਾਂਦੇ ਨੇ, ਬਾਕੀ ਦੇਖਦੇ ਹਾਂ ਅੱਗੇ ਕੀ ਬਣਦਾ। ਇਹ ਸੰਬੰਧ ਦੀ ਗੱਲ ਕਰੀਏ, ਇਸ ਸੰਬੰਧ ਤੁਸੀਂ ਇਹਨਾਂ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਹੋ, ਕਿਸੇ ਨੂੰ ਉੱਤੇ ਗੱਲਬਾਤ ਕਰੀ? ਗੱਲਬਾਤ ਕਰੀਏ ਜੀ, ਉਹ ਲਾਰੇ ਲਾਈ ਗਏ ਪਹਿਲਾਂ, ਹੁਣ ਫੋਨ ਨਹੀਂ ਚੱਕ ਰਹੇ, ਨਾ ਬ੍ਰਾਂਚ ਦੇ ਵਿੱਚ ਆ ਰਹੇ ਨੇ, ਇਹ ਸਾਰੇ ਰਲੇ ਮਿਲੇ ਨੇ, ਇਸ ਕਰਕੇ ਤਾਂ ਹੀ ਬ੍ਰਾਂਚ ਨੇ ਯਾਰ ਕਾਲ ਵਗੈਰਾ ਨਹੀਂ ਅਟੈਂਡ ਕਰ ਰਹੇ ਕਿਸੇ ਦੀ। ਇਸੇ ਕਰਕੇ ਅੱਜ ਮਜਬੂਰ ਹੋ ਕੇ ਤੁਸੀਂ ਬੈਂਕ ਬੰਦ ਕਰਤੀ? ਹਾਂਜੀ, ਤਾਂ ਹੀ ਬੈਂਕ ਬੰਦ ਕਰੀ। ਠੱਗੀ ਡੋਰੀ ਮਾਰਨ ਵਾਲਾ ਕੰਮ ਹੈ ਜੀ, ਠੱਗੀ ਵਾਲੀ ਗੱਲ ਹੀ ਹੈ ਜੀ, ਜਦੋਂ ਅਗਲਾ ਸਾਰਾ ਕੁਝ ਦੇ ਰਿਹਾ, ਪੈਸੇ ਦੇ ਰਿਹਾ, ਰਸੀਦ ਪਈ ਹੈ, ਪੈਸੇ ਦੇ ਰਿਹਾ, ਜਦੋਂ ਪੈਸੇ ਪੂਰੇ ਜਮ੍ਹਾਂ ਹੋ ਰਹੇ ਨੇ ਤਾਂ ਸਾਡਾ ਗੋਲਡ ਵਾਪਸ ਦਿੱਤਾ ਜਾਵੇ, ਕਿਉਂ ਨਹੀਂ ਦੇ ਰਹੇ? ਇਹ ਚੋਰਾਂ ਵਾਲਾ ਕੰਮ ਹੈ, ਠੱਗੀ ਠੋਰੀ ਵਾਲਾ ਕੰਮ ਹੈ, ਇਹ ਬੈਂਕ ਹੈ ਕਿ ਲੁੱਟ ਖੇ ਵਾਲਾ ਕੰਮ ਹੈ, ਇਹਦਾ ਲੋਕਾਂ ਨੂੰ ਅੱਜ ਮਜਬੂਰ ਹੋ ਕੇ ਆਮ ਲੋਕਾਂ ਨੇ ਤੁਸੀਂ ਵੇਖ ਸਕਦੇ ਹੋ ਕਿ ਬੈਂਕ ਨੂੰ ਜਿੰਦਾ ਲਗਾ ਦਿੱਤਾ ਹੈ, ਕਿਉਂਕਿ ਇਹ ਤੁਹਾਨੂੰ ਦੱਸਣਾ ਚਾਹਾਂਗੇ ਕੋਈ ਇਹ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇੱਥੇ ਜਿਹੜੇ ਕਸਟਮਰ ਹਨ ਉਹ ਪਰੇਸ਼ਾਨ ਹੁੰਦੇ ਹਨ, ਉਸ ਤੋਂ ਬਾਅਦ ਥਾਣੇ ਜਾਂਦੇ ਨੇ ਆਪਣੀ ਉੱਥੇ ਜੇ ਸੁਣਵਾਈ ਹੁੰਦੀ ਹੈ, ਨਹੀਂ ਤਾਂ ਕਈ ਕਸਟਮਰ ਇਸੇ ਤਰ੍ਹਾਂ ਖੱਜਲ ਖੁਆਰ ਹੋਣ ਲਈ ਮਜਬੂਰ ਹੁੰਦੇ। ਸਾਡੇ ਨਾਲ ਕੁਝ ਹੋਰ ਵੀਰ ਵੀ ਮੌਜੂਦ ਹੈ, ਕੀ ਨਾਮ ਭਾਜੀ? ਮੇਰਾ ਪ੍ਰਿੰਸ ਵਰਮਾ ਜੀ। ਪ੍ਰਿੰਸ ਜੀ, ਤੁਸੀਂ ਜਿਹੜੇ ਵੀਰ ਨਾਲ ਠੱਗੀ ਹੋਈ ਹੈ, ਆਪਾਂ ਠੱਗੀ ਕਹਿ ਸਕਦੇ ਹਾਂ ਕਿ ਕੀ ਲੱਗਦਾ ਤੁਹਾਡਾ? ਮੇਰਾ ਦੋਸਤ ਹੈ ਜੀ, ਵਧੀਆ ਦੋਸਤ ਹੈ, ਮੈਨੂੰ ਘਰ ਫੈਮਿਲੀ ਇੱਕ ਦੂਜੇ ਨਾਲ ਵਧੀਆ ਵਰਤਦੇ ਨੇ ਜੀ, ਫੈਮਿਲੀ ਮੁੰਡੇ ਵਰਤਦੇ ਜਾਂਦੇ। ਕੀ ਮਸਲਾ ਹੈ ਭਾਜੀ? ਇਹ ਮੇਰੇ ਲਵੇ ਸਵੇਰੇ ਮਿਲਿਆ ਜੀ ਮੈਨੂੰ, ਅਤੇ ਇਹਨੇ ਮੈਨੂੰ ਦੱਸਿਆ, ਕਹਿੰਦਾ ਇੱਦਾਂ ਆਪਾਂ ਗੋਲਡ ਲੋਨ ਲਿੱਤਾ ਸੀ 1,00,000 ਰੁਪਏ ਦਾ, ਅਤੇ ਇਹਨੇ ਗੋਲਡ ਲੋਨ ਲੈਣ ਤੋਂ ਬਾਅਦ ਕਹਿੰਦਾ ਮੈਂ ਅੱਜ ਤੋਂ 2 ਮਹੀਨੇ ਪਹਿਲੇ ਅਤੇ ਵੀ ਮੈਂ 60,000 ਰੁਪਇਆ ਜਮ੍ਹਾਂ ਕਰਾਤਾ ਸੀਗਾ, ਉਸ ਤੋਂ ਬਾਅਦ ਉਹਨਾਂ ਦਾ ਕੋਈ ਵਰਕਰ ਭੱਜ ਗਿਆ, ਹੁਣ ਇਹ ਕਹਿ ਰਹੇ ਨੇ ਕੋਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਇਹਨਾਂ ਦਾ ਵਰਕਰ ਭੱਜ ਰਿਹਾ, ਕਹਿੰਦੇ 1,00,000 ਰੁਪਇਆ ਹੋਰ ਜਮ੍ਹਾਂ ਕਰਾਓ ਅਤੇ ਫਿਰ ਅਸੀਂ ਦੇਵਾਂਗੇ ਕਹਿੰਦੇ ਲੋਨ ਜਿਹੜਾ ਗੋਲਡ ਹੈ। ਕਹਿੰਦਾ ਹੁਣ ਅਸੀਂ 40,000 ਦਾ ਗੋਲਡ ਵਾਪਸ ਕਰ ਦਿੰਦੇ ਹਾਂ, ਜੋ ਅਸੀਂ 1,00,000 ਰੁਪਏ ਦਾ ਗੋਲਡ ਦਿੱਤਾ ਤਾਂ ਉਨੀ ਸਾਡੇ ਪੈਸੇ ਕਰੋ ਨਾ, ਉਹਨਾਂ ਹੀ ਸਾਡਾ ਸਮਾਨ ਸਾਰਾ ਵਾਪਸ। ਮਤਲਬ ਕਿ ਜਿਹੜਾ 60,000 ਦਿੱਤਾ ਉਹਦਾ ਖਤਮ ਹੋ ਗਿਆ ਕਹਿੰਦੇ? ਖਤਮ ਹੋ ਗਿਆ ਕਹਿੰਦੇ, ਉਹ ਖਤਮ ਹੋ ਗਿਆ, ਉਹਦੀ ਕੋਈ ਵੈਲਿਊ ਨਹੀਂ 60,000 ਦੀ, ਉਹਦੇ ਸਾਡੇ ਲਵੇ ਕੁਝ ਰਸੀਦਾਂ ਵੀ ਹੈਗੀਆਂ ਨੇ। ਇਹਦੇ ਨਾਲ ਗੱਲ ਹੋਈ ਤੁਹਾਡੀ? ਇਹ ਮੈਡਮ ਅੰਦਰ ਬੈਠੀ ਉਹੀ ਕਹਿ ਰਹੀ, ਖੁਦ ਤੁਹਾਡੇ ਸਾਹਮਣੇ ਬਹੁਤ ਸਾਰੇ ਸਾਹਮਣੇ ਉਹਨੇ ਇਹੀ ਗੱਲ ਕਹੀ, ਜਿੰਨੇ ਬੰਦੇ ਕਰੇ ਸਾਰੇ ਸਾਹਮਣੇ ਉਹਨਾਂ ਨੇ ਇਹੀ ਗੱਲ ਕਹੀ ਹੈ। ਇਹਨਾਂ ਵੀਰ ਦਾ ਕਹਿਣਾ ਹੈ ਕਿ ਜਦੋਂ ਬੈਂਕ ਮੈਨੇਜਰ ਨਾਲ ਗੱਲ ਹੁੰਦੀ ਹੈ ਤਾਂ ਉਸਦਾ ਆਖਣਾ ਹੈ ਕਿ ਜਿਹੜਾ 60,000 ਰੁਪਇਆ ਤੁਸੀਂ ਸਾਨੂੰ ਦੇ ਦਿੱਤਾ ਹੈ ਉਹ ਤਾਂ ਖਤਮ ਹੈ, ਨਵੇਂ ਸਿਰੇ ਤੋਂ 1,00,000 ਰੁਪਇਆ ਜਮ੍ਹਾਂ ਕਰਵਾਓਗੇ ਤਾਂ ਤੁਹਾਡਾ ਜਿਹੜਾ ਗੋਲਡ ਹੈ ਵਾਪਸ ਕੀਤਾ ਜਾਵੇਗਾ। ਵੀਰ ਹੱਥ 'ਚ ਰਸੀਦ ਵੀ ਲਈ ਖੜ੍ਹੇ ਨੇ, ਉਹ ਤੁਹਾਨੂੰ ਪਹਿਲਾਂ ਇੱਕ ਵਾਰ ਤਾਂ ਰਸੀਦ ਦੀ ਤਸਵੀਰ ਵਿਖਾਵਾਂਗੇ, ਦੇਖ ਸਕਦੇ ਹੋ 56,000 ਕੁਛ ਰੁਪਈਏ ਜਿਹੜੇ ਨੇ ਵੀਰ ਵੱਲੋਂ ਇੱਥੇ ਜਮ੍ਹਾਂ ਕਰਵਾਏ ਗਏ ਹਨ।
ਐਂਟਰੀਆਂ 60,000 ਦੀ ਵੀ ਐਂਟਰੀ ਦਿਖਾਈ ਜਾ ਰਹੇ ਨੇ, ਪਰ ਜੇ ਕੁਛ ਸਮਥਿੰਗ ਇਹਨਾਂ ਦੇ 30-40,000 ਰੁਪਇਆ ਕੁਛ ਸਮਥਿੰਗ ਵੀ ਬਕਾਇਆ, ਜਿਸ ਦੇ ਜੋ ਅੱਜ ਇਹ ਆਪਣੀ ਪੇਮੈਂਟ ਲੈ ਕੇ ਆਏ ਸੀ ਕਿ ਸਾਡਾ ਜਿਹੜਾ ਗੋਲਡ ਵਾਪਸ ਕਰ ਦਿੱਤਾ ਜਾਵੇ। ਸਾਡੇ ਨਾਲ ਉਹਨਾਂ ਦੇ ਚਾਚਾ ਵੀ ਮੌਜੂਦ ਹੈ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਕੀ ਮਸਲਾ ਹੋਇਆ? ਤੁਹਾਡੇ ਹੱਥ 'ਚ ਰਸੀਦ ਵੀ ਆ, ਹੁਣ ਬੈਂਕ ਵਾਲਿਆਂ ਦਾ ਕੀ ਕਹਿਣਾ? ਇਹ ਜੀ 1,00,000 ਰੁਪਇਆ ਇਹਨਾਂ ਨੇ ਗੋਲਡ ਧਰ ਕੇ ਸੀ, ਪੈਸੇ ਲਿੱਤੇ ਸੀਗੇ, ਉਦੋਂ ਬਾਅਦ ਦੇ ਵਿੱਚ 1,00,000 ਰੁਪਏ ਦੀ, ਉਦੋਂ ਬਾਅਦ ਦੇ ਵਿੱਚ ਅਸੀਂ ਆਪਦਾ ਗੋਲਡ ਵਾਪਸ ਲੈਣਾ ਸੀਗਾ। ਅਸੀਂ ਇਹਨਾਂ ਲਵੇ ਆਏ ਇਹ 60,000 ਰੁਪਇਆ ਭਰ ਗਏ, ਇਹ ਕਹਿੰਦੇ ਪੂਰਾ 1,00,000 ਰੁਪਇਆ ਲੈ ਕੇ, ਇਹਦੇ ਕਹਿੰਦੇ ਇਤਨੇ 60,000 ਰੁਪਇਆ ਜਮ੍ਹਾਂ ਕਰਾ ਜਾਓ ਵੀ ਜਿਹੜਾ ਬਾਕੀ 40,000 ਹੈ ਤੁਸੀਂ 2-4 ਦਿਨਾਂ ਬਾਅਦ ਆ ਜਾਓ ਅਤੇ ਅਸੀਂ ਉਦੋਂ ਬਾਅਦ ਤੁਹਾਨੂੰ ਫੇਰ ਦੇਵਾਂਗੇ ਗੋਲਡ। ਉਦੋਂ ਬਾਅਦ ਦੇ ਵਿੱਚ ਫੇਰ ਆਉਂਦੇ ਕਿ ਲੰਘੇ ਗਏ ਮਹੀਨਾ ਡੇਢ ਮਹੀਨਾ ਲੰਘ ਗਿਆ, ਫਿਰ ਜਦੋਂ 40,000 ਰੁਪਇਆ ਲੈ ਕੇ ਆਏ ਫਿਰ ਕਹਿੰਦੇ ਵੀ ਐਂ ਕਰਕੇ ਸਾਡੇ ਬੈਂਕ 'ਚ 40,000 ਦਾ ਤੁਹਾਨੂੰ ਜੇ 40,000 ਜਮ੍ਹਾਂ ਕਰੋਗੇ 40,000 ਦੀ ਗੋਲਡ ਮਿਲੂਗਾ ਵੀ ਪੂਰਾ ਨਹੀਂ ਮਿਲੂਗਾ। ਮਤਲਬ ਕਿ ਸਾਡੇ ਬੈਂਕ ਦੇ ਵਿੱਚ ਜਾਂ ਕੋਈ ਵੀ ਫਰੋਡ ਕਰ ਗਿਆ ਇਹਨਾਂ ਨੇ ਆਪ ਕੀਤਾ, ਸਾਨੂੰ ਨਹੀਂ ਪਤਾ ਇਸ ਚੀਜ਼ ਦਾ। ਹੁਣ ਕਹਿੰਦੇ ਵੀ ਤੁਸੀਂ 1,00,000 ਰੁਪਇਆ ਜਮ੍ਹਾਂ ਕਰਾਓ ਗੋਲਡ 'ਤੇ ਤੁਹਾਡਾ ਪਿਆ, ਪਰ ਤੁਸੀਂ ਉਹ 1,00,000 ਰੁਪਇਆ ਦੇ ਕੇ ਫੇਰ ਤੁਹਾਨੂੰ ਤੁਹਾਡਾ ਗੋਲਡ ਪੂਰਾ ਮਿਲੂਗਾ। ਜੇ 40,000 ਕਰਾਉਣੇ ਤਾਂ 40,000 ਦੀ ਗੋਲਡ ਮਿਲੂਗਾ, 1,00,000 ਦਾ ਨਹੀਂ ਮਿਲੂਗਾ ਸਰ। ਹਾਂ, ਹੁਣ 60,000 ਰੁਪਇਆ ਗੋਲ ਕਰ ਰਹੇ ਨੇ। ਹੁਣ ਅੰਦਰ ਤੁਹਾਡੇ ਸਾਹਮਣੇ ਗਏ ਤੇ ਅਸੀਂ ਅੰਦਰ ਬਹਿ ਕੇ ਕੇਕ ਕੱਟੇ ਜਾ ਰਹੇ ਨੇ, ਪਾਰਟੀਆਂ ਚੱਲ ਰਹੀਆਂ ਨੇ, ਸਮੋਸੇ ਚੰਗੀਆਂ ਅੰਦਰ ਬਹਿ ਕੇ ਖਾ ਰਹੇ ਨੇ, ਤੁਹਾਡੇ ਸਾਹਮਣੇ ਭੱਜ ਰਹੇ ਸਾਰੇ, ਕੋਈ ਗੱਲ ਨਹੀਂ ਕਰਦਾ। ਜੇ ਉਹ ਕਹਿੰਦੇ, ਇਹਨਾਂ ਨੂੰ ਐਂ ਨਹੀਂ ਪਤਾ ਵੀ ਸਾਡਾ ਬੈਂਕ ਮੈਨੇਜਰ ਹੈੱਡ ਕੌਣ ਹੈ, ਪੁੱਛ ਲਓ। ਕਦੇ ਕਹਿੰਦੇ ਨੇ ਉਹਨੂੰ ਹੈੱਡ ਹੈ, ਕਦੇ ਉਹਨੂੰ ਹੈੱਡ ਬਣਾ ਦਿੰਦੇ ਨੇ, ਹੈੱਡ ਦੀ ਨਹੀਂ ਇਹਨਾਂ ਦਾ ਹੈਗਾ ਕੋਈ। ਇਹਨਾਂ ਕਰਾ ਦਿਓ ਗੱਲ, ਕਿਹੜਾ ਹੈੱਡ ਆ ਪੁੱਛ ਲਓ ਅੰਦਰ ਜਾ ਕੇ ਤੁਸੀਂ ਪੁੱਛਿਆ, ਹੈੱਡ ਦੀ ਮੈਜੋਰਟੀ ਦੇ ਦੇ ਕਿਹੜਾ ਹੈਗਾ ਵੀ ਕੋਈ ਗੱਲ। ਤੁਸੀਂ ਫਿਰ ਅੱਜ ਬੈਂਕ ਬੰਦ ਹੀ ਕਰ, ਬੰਦ ਕਰਤੀ ਜੀ ਅੱਕ ਕੇ ਅੱਜ, ਕਿਸੇ ਗਰੀਬ ਹੋਰ ਨਾ ਠੱਗੀ ਨਾ ਬੱਚੇ, ਮੈਂ ਗਰੀਬ ਕਿਸੇ ਨਾ ਹੋਰ ਨਾ ਬੱਚੇ ਜੀ। ਖਬਰ ਹੈ ਕਿਵੇਂ ਕਮਾਉਂਦਾ ਵਿਚਾਰਾ, ਦਿਨ ਰਾਤ ਮਰਦੇ ਡਰਾਈਵਰ ਬੰਦੇ ਆ, ਗੱਡੀਆਂ ਚਲਾਉਣੇ ਆ, ਕੁੜੀ ਦਾ ਵਿਆਹ ਕਰਕੇ ਹੈੱਡਦੇ ਆ, ਅਚਾਨਕ ਲੋਡ ਪੈ ਗਈ ਕੁੜੀ ਦੇ, ਸਾਰੇ ਜਿਹੜੇ ਅੰਦਰ ਗੋਲਡ ਰੱਖਿਆ ਕੁੜੀ ਦਾ, ਹੁਣ ਬਗਾਨੇ ਥਾਵੋਂ ਲੈ ਕੇ ਰੱਖਿਆ ਕੁੜੀ ਇਕੱਤਰੀ ਨੂੰ ਦੇਣਾ ਵਿਚਾਰੇ ਦਾ, ਅਗਲਾ ਨਵਾਂ ਵਿਆਹ ਹੋਇਆ ਹਲੇ 2 ਮਹੀਨੇ ਵਿਆਹ ਵੀ ਨਹੀਂ ਹੋਏ, ਹੁਣ ਦੱਸੋ ਇਹਦੇ ਵਿੱਚ ਕੀ ਕਰੇ ਬੰਦਾ, ਇਹੋ ਜਿਹੇ ਮਲੰਗ ਬੈਠੇ ਜਿਹੜੇ ਠੱਗੀਆਂ ਮਾਰ ਜਾਂਦੇ ਨਾਲੇ। ਹੁਣ ਇਹ ਫਿਰ ਬੈਂਕ ਸਦਾ ਲਈ ਬੰਦ ਕਰਾਂਗੇ ਜੀ, ਸਦਾ ਲਈ, ਜਿੰਨਾ ਦਾ ਸਾਡਾ ਗੋਲਡ ਨਹੀਂ ਮਿਲਦਾ। ਇਹ ਸਨ ਸਾਡੇ ਨਾਲ ਇਹਨਾਂ ਦੇ ਚਾਚਾ ਜੀ ਲੜਕੇ ਦੇ, ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜਾ ਸਾਨੇ ਇੱਕ ਮਜਬੂਰੀ ਦੇ ਕਾਰਨ ਇੱਥੇ ਆਪਣਾ ਗੋਲਡ ਲੋਨ ਲਿਆ ਸੀਗਾ, ਪਰ ਜਦੋਂ ਅਸੀਂ ਇੱਕ ਰਾਸ਼ੀ 60,000 ਰੁਪਏ ਇਹਨਾਂ ਨੂੰ ਜਮ੍ਹਾਂ ਕਰਵਾ ਦਿੰਦੇ ਹਾਂ ਤਾਂ ਬੈਂਕ ਵਾਲਿਆਂ ਦਾ ਕਹਿਣਾ ਕਿ ਜਿਹੜੇ ਉਹ ਪੈਸੇ ਸੀ ਉਹ ਚੋਰੀ ਹੋ ਚੁੱਕੇ ਨੇ, ਸ਼ਾਇਦ ਉਹ ਜਿਹੜੇ ਇੱਥੋਂ ਦੇ ਪਹਿਲਾਂ ਬ੍ਰਾਂਚ ਮੈਨੇਜਰ ਸੀ ਉਹਨਾਂ ਨੇ ਚੋਰੀ ਕੀਤੀ ਹੈ, ਉਹ ਇੱਕ ਜ਼ਰੂਰ ਤਫਤੀਸ਼ ਦਾ ਵਿਸ਼ਾ। ਪਰ ਇਹ ਗਰੀਬ ਦਾ ਆਖਣਾ ਹੈ ਕਿ ਮੈਨੇ ਉਹ ਚੋਰੀ ਤੋਂ ਕੀ ਲੈਣਾ, ਮੈਨੇ ਪੈਸੇ ਦੇ ਦਿੱਤੇ ਹੈ ਤਾਂ ਜਿਹੜੀ ਬਕਾਇਆ ਰਾਸ਼ੀ ਆ ਮੈਂ ਜਮ੍ਹਾਂ ਅੱਜ ਕਰਵਾਉਣਾ ਹੈ, ਤਾਂ ਉਹਨਾਂ ਨੇ ਆਖਿਆ ਕਿ ਪਹਿਲਾਂ ਸਾਰੇ ਪੈਸੇ ਜਮ੍ਹਾਂ ਕਰਵਾਓਗੇ ਤਾਂ ਉਸ ਤੋਂ ਬਾਅਦ ਹੀ ਤੁਹਾਨੂੰ ਪੈਸੇ ਮਿਲਣਗੇ। ਇਹਨਾਂ ਦਾ ਆਖਣਾ ਹੈ, ਬੈਂਕ ਦੇ ਆਰੋਪ ਲਗਾਏ ਨੇ ਕਿ ਜਿਹੜਾ 60,000 ਰੁਪਇਆ ਦਿੱਤਾ ਉਹ ਕਿਤੇ ਨਾ ਕਿਤੇ ਬੈਂਕ ਖਾਨ ਨੂੰ ਫਿਰਦਾ ਹੈ। ਹੁਣ ਵੇਖਣਾ ਹੋਵੇਗਾ ਕਿ ਗਰੀਬ ਬੰਦਿਆਂ ਨੂੰ ਕਦੋਂ ਇਨਸਾਫ ਮਿਲਦਾ। ਸੰਗਰੂਰ ਤੋਂ ਰਵੀ ਸ਼ਰਮਾ, ਜਗਬਾਣੀ TV।